नमस्कार, हलचल में आपका स्वागत है। सबसे पहले नजर डालते हैं अपने शहर और आसपास की हलचल पर। बरनाला के गांव पक्खो कला के शमशान घाट में नौजवान का लटका हुआ मिला शव। मृतक के परिजनों ने हत्या की जताई आशंका। अमृतसर में गत रात्रि दशहरा देखने गए एक नौजवान का हुआ कत्ल। एक आरोपी को पुलिस ने किया गिरफ्तार। तरन तारण इलाके में रहने वाली महिला ने नौजवान द्वारा टिप्पणी करने पर निकला जहरीला पदार्थ, हुई मौत। अरब हलचल विस्तार से। बरनाला के पक्खो कलां गांव के शमशान घाट में नौजवान का शव लटका हुआ मिला। मृतक की पहचान 20 वर्षीय मेला सिंह उर्फ हनी के तौर पर हुई है। इस संबंधी जानकारी देते हुए मृतक के पारिवारिक सदस्यों ने बताया कि उनका भाई मेला सिंह उर्फ हनी दशहरा देखने के लिए तपा मंडी गया था, लेकिन उस रात वह घर वापस नहीं आया। पूरे परिवार ने रात में उसकी तलाश भी की, किसी ने उसके भाई को मारकर शमशान घाट में लटका दिया। उन्हें सुबह गांव के लोगों ने इस संबंधी बताया। जब वे वहां गए तो उसके भाई का शव शमशान घाट में लटक रहा था। मृतक के परिजनों ने हत्या की आशंका जताई है। उन्होंने बताया कि मृतक मजदूरी करता था। उन्होंने कहा कि इस मामले की गहनता से जांच होनी चाहिए और आरोपियों को सामने लाना चाहिए। इस संबंध में पुलिस अधिकारी रंजीत सिंह ने बताया कि सूचना मिलने के बाद पुलिस मौके पर पहुंची और मृतक के शव को उतार कर बरनाला के सरकारी अस्पताल के शव गृह में पहुंचाया। उन्होंने कहा कि पुलिस के आला अधिकारी मामले की बारीकी से जांच कर रहे हैं। पारिवारिक सदस्यों के बयानों के आधार पर कार्रवाई की जाएगी। बरनाला से हलचल के लिए विनोद शर्मा की रिपोर्ट। ए जी दशहरे ते गया सीगा मुंडा ते मुड़ के वज पहाड़ करी दी है नहीं जी। हां जी फिर ਅਸੀਂ ਭਾਲ ਕਰੀਏ ਤੜਕੇ ਸਾਨੂੰ ਪਤਾ ਲੱਗਿਆ ਕੀ ਪਤਾ ਲੱਗਿਆ ਹਾਂ ਬਾਕੀ ਜੀ ਪਾ ਦਿੱਤਾ ਪਿਆ ਜੀ ਮੁਰਦਘਾਟ ਸਾਡੇ ਕੋਲ ਹੀ ਆ ਜੀ ਸਰਪੰਚ ਦੇ ਵਾਰ 'ਚ ਜੀ ਕਿਹੜਾ ਪਿੰਡ ਪੱਖੋ ਕਲਾਂ ਜੀ ਇਹ ਇਨਸਾਫ ਆਉਣਾ ਚਾਹੀਦਾ ਸਾਨੂੰ ਮਿਲਣਾ ਚਾਹੀਦਾ ਇਹ ਆਤਮ ਹੱਤਿਆ ਕੀਤੀ ਲੱਗਦੀ ਹੈ ਜਾਂ ਕਤਲ ਕੀਤਾ ਲੱਗਦਾ ਕਤਲ ਕਰਿਆ ਲੱਗਾ ਜੀ ਮੇਰਾ ਭਰਾ ਜੀ ਰਾਤੀ ਮੇਲੇ 'ਤੇ ਗਿਆ ਸੀ ਤਪੇ ਜੀ ਦੁਸਹਿਰੇ 'ਤੇ ਅੱਛਾ ਫਿਰ ਰਾਤੀ ਉਹਨੂੰ ਮਾਰ ਕੇ ਟੰਗਿਆ ਗਿਆ ਜੀ ਸ਼ਮਸ਼ਾਨ ਘਾਟ 'ਚ ਠੀਕ ਹੈ ਉਹਦੀ ਲਾਸ਼ ਤੁਹਾਨੂੰ ਕਿੱਥੋਂ ਮਿਲੀ ਕਿਵੇਂ ਮਿਲੀ ਸਾਨੂੰ ਜੀ ਦੱਸਿਆ ਜੀ ਘਰੇ ਕਿੱਥੇ ਮਿਲੀ ਲਾਸ਼ ਸ਼ਮਸ਼ਾਨ ਘਾਟ 'ਚ ਮਿਲੀ ਸੀ ਜੀ ਮੰਗ ਕੀ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਸਾਨੂੰ ਜੀ ਸਵੇਰੇ ਪਤਾ ਲੱਗਿਆ ਜੀ ਬੱਕਰੀਆਂ ਵਾਲੇ ਨੇ ਦੱਸਿਆ ਜੀ ਉੱਧਰ ਜਾਂਦੇ ਸੀਗੇ ਬੱਕਰੀਆਂ ਲੈ ਕੇ ਤੁਸੀਂ ਮਤਲਬ ਕਿ ਰਾਤ ਜਦੋਂ ਨਹੀਂ ਘਰੇ ਪਹੁੰਚਿਆ ਤਾਂ ਉਹਦੀ ਤਲਾਸ਼ ਕੀਤੀ ਹਾਂਜੀ ਬਹੁਤ ਕੀਤੀ ਤਲਾਸ਼ ਸੀ ਫੋਨ ਵੀ ਬਹੁਤ ਲਾਏ ਸੀ ਚੱਕੇ ਨਹੀਂ ਸਾਨੂੰ ਸ਼ੱਕ ਆ ਗਿਆ ਜੀ ਮਾਰਿਆ ਗਿਆ ਜੀ ਇਹ ਮਾਮਲਾ ਸਰ ਸਾਨੂੰ ਸੁਬਹਾ ਪਤਾ ਲੱਗਿਆ ਵੀ ਇੱਕ ਡੈਡ ਬੋਡੀ ਦਰਖਤ 'ਤੇ ਡੰਗੀ ਪਈ ਆ ਪੱਖੋ ਕਲਾਂ ਉਹ ਲਿਆ ਕੇ ਅਸੀਂ ਉੱਥੋਂ ਇੱਥੇ ਬਰਨਾਲਾ ਸਿਵਲ ਹੋਸਪਿਟਲ ਮੋਰਟਰੀ ਦੇ ਵਿੱਚ ਜਮ੍ਹਾਂ ਕਰਾ ਦਿੱਤੀ ਠੀਕ ਆ ਉੱਚ ਅਧਿਕਾਰੀ ਉਹ ਜਾਂਚ ਕਰ ਰਹੇ ਨੇ ਉਹਦੀ ਜੋ ਵੀ ਪਰਿਵਾਰ ਵਾਲੇ ਬਿਆਨ ਲਿਖੇ ਹੋਣਗੇ ਉਹ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਇਹ ਪਹਿਚਾਣ ਕੀ ਹੋਈ ਹੈ ਕਿੱਥੇ ਰਹਿਣ ਵਾਲਾ ਇਹ ਪੱਖੋ ਕਲਾਂ ਜੀ 232 ਉਮਰ ਕਿੰਨੀ ਕੁ ਲੱਗਦੀ 20 ਸਾਲ ਕੰਮ ਬਾਰੇ ਨਹੀਂ ਹੋਈ ਜਿਹੜਾ ਹੈਗਾ ਲੇਬਰ ਦਾ ਕੰਮ ਹੀ ਕਰਦੇ ਸੀ ਇਹ ਰਾਮਬਾਗ ਦੇ ਕੋਲ ਸੀ ਪੱਖੋ ਕਲਾਂ 232 ਮਾਮਲਾ ਜੀ ਇਹ ਨਾ ਲਾਸ਼ ਨਾ ਜੀ ਰਾਮਬਾਗ ਦੇ ਵਿੱਚ ਟੰਗੀ ਪਈ ਸੀ ਮਾਰ ਕੇ ਅਤੇ ਇਹਨਾਂ ਨੇ ਜੀ ਰਾਤ ਭਾਲ ਬਹੁਤ ਕਰੀ ਜੀ ਇੱਥੇ ਆਏ ਨੇ ਇਹ ਜੀ ਇਹ ਦੁਸਹਿਰੇ ਤੋਂ ਆਉਂਦੇ ਕਰ ਹਨੇਰਾ ਹੋ ਗਿਆ ਜੀ ਇਹਨਾਂ ਨੂੰ ਬਹੁਤ ਜ਼ਿਆਦਾ ਭਾਲ ਕਰੀ ਇਹਨਾਂ ਨੂੰ ਕੋਈ ਕਿਤੋਂ ਲੱਭ ਨਾ ਹੋਈ ਤੜਕੇ ਅੰਮ੍ਰਿਤ ਵੇਲੇ ਜੀ ਇਹਨਾਂ ਨੂੰ ਇੱਥੇ ਆਇਆ ਇਹ ਜੀ ਲਾਸ਼ ਟੰਗੀ ਪਈ ਸੀ ਰਾਮਬਾਗ ਦੇ ਵਿੱਚ 232 ਵਾਲੀ ਸਰਪੰਚ ਦੇ ਬਾਰ ਨੂੰ ਸਾਹਮਣਾ ਜਿਹੜਾ ਜੀ ਉੱਥੇ ਟੰਗੀ ਪਈ ਲਾਸ਼ ਨੂੰ ਦੇਖ ਕੇ ਬੱਕਰੀਆਂ ਵਾਲਾ ਗਿਆ ਸੀਗਾ ਜੀ ਉਹਨੇ ਘਰੇ ਪੜਤਾਲ ਕਰੀ ਜੀ ਮਾੜੀ ਮੋਟੀ ਨਹੀਂ ਕੋਈ ਪਤਾ ਨਹੀਂ ਸੀ ਲੱਗਾ ਜੀ ਇਹ ਸਾਨੂੰ ਜੀ ਮਾਰਿਆ ਮਾਰ ਕੇ ਟੰਗਿਆ ਲੱਗਦਾ ਜੀ ਕਿੰਨੀ ਉਮਰ ਸੀ ਇਹਦੀ 20 ਸਾਲਾਂ ਦੀ ਹੈਗੀ ਸੀਗੀ ਜੀ ਕੰਮ ਕੀ ਕਰਦਾ ਸੀਗਾ ਇਹ ਜੀ ਤੂੜੀ ਦਾ ਕੰਮ ਕਰਦਾ ਸੀ ਭੂੰਗਲੀਆਂ ਟਰਾਲੀਆਂ 'ਤੇ ਜਾਂਦਾ ਸੀਗਾ ਜੀ ਮੰਗ ਤਾਂ ਇਹੀ ਕਰਦੇ ਹਾਂ ਜੀ ਅਸੀਂ ਸਰਕਾਰ ਤੋਂ ਜੀ ਇਹਦਾ ਜੀ ਕੋਈ ਇਨਸਾਫ ਹੋਵੇ ਮਨ ਦੀ ਕਾਰਵਾਈ ਕਰੀ ਜਾਵੇ ਜੀ ਪਰਿਵਾਰ ਦੇ ਵਿੱਚ ਬਾਕੀ ਜੀ ਇੱਕ ਬੱਚਾ ਗਾ ਜੀ ਇੱਕ ਇਹਦੀ ਮਾਤਾ ਗੀ ਜੀ ਦੋ ਰਹਿ ਗਏ ਜੀ ਪੁਲਿਸ ਨੂੰ ਤਲਾਹ ਦਿੱਤੀ ਹੋਈ ਹੈ ਜੀ ਇਹੀ ਮੰਗ ਹੈ ਸਾਡੀ ਸਰਕਾਰ ਕੋਲ ਅੰਮ੍ਰਿਤਸਰ ਮੇਂ ਗਤ ਰਾਤਰੀ ਦੁਸਹਿਰਾ ਦੇਖਣੇ ਗਏ ਇੱਕ ਨੌਜਵਾਨ ਕਾ ਉਸਕੇ ਹੀ ਦੋਸਤੋਂ ਕੀ ਔਰ ਸੇ
कत्ल कर दिया गया। मिली जानकारी के मुताबिक ये मामला पुरानी रंजिश का है। इस मौके पर इलाका वासियों ने मीडिया से बातचीत करते हुए बताया कि गत रात्रि मृतक अपने दोस्तों के साथ दशहरा देखने के लिए गया था और वापस आते समय उसके दोस्तों ने उसका कत्ल कर दिया, तो वहीं हत्या करने वाले दोस्तों की तस्वीर भी सामने आई है। इलाका वासियों ने हत्या के कारणों के बारे में नहीं बताया। उन्होंने कहा कि जो भी दोषी हैं उन्हें सख्त से सख्त सजा मिलनी चाहिए। वही घटना की सूचना मिलते ही पुलिस अधिकारी मौके पर पहुंच गए और उन्होंने बताया कि ये मामला पुरानी रंजिश का है। उन्होंने बताया कि एक आरोपी को काबू कर लिया गया है, फिलहाल शव का पोस्टमार्टम करवाया जा रहा है। पोस्टमार्टम रिपोर्ट आने के बाद बनती कार्रवाई की जाएगी। अमृतसर से हलचल के लिए सुनील खोसला की रिपोर्ट। क्या नाम? रमेश चौधरी। पूरी निष्पक्ष कारवाई की जाए। क्यों कारण के बारे सानू पता जी, बच्चे गए ने मेला देखण, तो मेले की पता हुण की कहानी है की नहीं है, ये बारे किसे नहीं पता सानू। ये तो हुण दसणगे ना जिहड़े बंदे काबू आणगे। कैमरे आया है कि जिन्ने के मुंडे नाल आ रहे अगे, जो भी कारवाई है सानू सामने कैमरे नाल वेखण नू पता लगूगा। इन्वेस्टिगेशन चलन दी आ, एक दोषी अं जरा अरैसट कर लिया, डेड बॉडी का पोस्टमार्टम करा के, डेड बॉडी का संस्कार करा के, तो इसकी डिटेल से ही पूछगिछ करके तो फरदर इन्वेस्टिगेशन कर रहे हैं। तो सर कारण की रहा जी, क्यों कत्ल किया गया नौजवान? न्याणियों का आपस के जी रंजिशबाजी ही, पहले तो इन्हों का कोई लड़ाई झगड़ा चलता ही, वो रंजिश आ गए इन्होंने पर मार के कच्चा मार के। नौजवानों के वालों यह काम किया गया जी? ये टोटल तीन है, तो दो तीन अणपछाते हैं। ये हम ड्यूरिंग इन्वेस्टिगेशन क्लीयर हो जाएगा कौन कौन ही ना ले। सर सीसीटीवी आई है जी ना सामने? मौके पे जे ही अपना पोस्टमार्टम करवाने हैं, सारा सर्च करके सीसीटीवी लवांगे। कितने जने गिरफ्तार किए गए ये मामले में? एक बंदा अरेस्ट होया जी। अच्छा जी, बाकी कितने ने टोटल? बाकी दो तीन हो रहे हैगे, दो बाई नेम आ, बाकी इन्वेस्टिगेशन चल रही है। तरन तारण रोड इलाके में रहने वाली एक महिला द्वारा खौफनाक कदम उठाया गया। एक नौजवान द्वारा टिप्पणी करने के बाद उक्त महिला ने जहरीली चीज निकल ली। इस मौके पर पारिवारिक सदस्यों ने कहा कि कुछ दिन पहले रास्ते को लेकर उनका डेयरी वालों के साथ झगड़ा हुआ था, क्योंकि वे लोग इस रास्ते के जरिए ट्रैक्टर ट्राली लेकर ऊंची आवाज में डीजे लगाकर गुजरते थे, जिस कारण उनकी बहसबाजी हुई थी, क्योंकि ये रास्ता गुजरने के लिए नहीं है, ये रास्ता वन विभाग के अधीन आता है, क्योंकि इस रास्ते से कोई नहीं गुजरता, लेकिन डेयरी वालों ने मिट्टी डालकर रास्ता बनाया है और ट्राली में ऊंची आवाज में डीजे लगाकर यहां से गुजरते हैं। इस दौरान उनके साथ व उनके बच्चों को अपशब्द बोलने के साथ साथ छेड़ते हैं। इस संबंध में उन्होंने पुलिस में भी मामला दर्ज करवाया था, लेकिन पुलिस ने उनका समझौता करवा दिया। सुबह एक नौजवान ने उनकी घर की एक महिला को ताना मारा कि वे उनका कुछ नहीं कर सकते, वे यहाँ से गुजरेंगे ही। इस बात को सुनकर महिला ने खौफनाक कदम उठाकर घर में जाकर कोई जहरीली चीज निकल ली। इसलिए पीड़ित परिवार ने प्रशासन से अपील की है कि आरोपियों के खिलाफ कार्रवाई की जाए। वहीं जब इस संबंध में पुलिस अधिकारी से बात की गई तो पुलिस अधिकारी ने बताया कि अमनदीप कौर को कुछ लोग तंग परेशान करते थे, जिसके चलते उसने कोई जहरीली चीज खाकर खुदकुशी कर ली, जिसके चलते आरोपियों के खिलाफ जो बनती कार्रवाई है की जाएगी। अमृतसर से हलचल के लिए सुनील खोसला की रिपोर्ट। ये साढ़े गुआंढी ने साढ़े तिने घर जुड़े हुए ने, ते इन्हें डेयरी वाले जड़े वो बहुत तंग परेशान सानू करते हैं। उन्हें दा रस्ता नहीं गा है, हुल्लड़बाजी बहुत करते हैं, एक बूहे अगे खलो जाते ने, फिर उत्थे फोन लाते ने, एक गंदियां गंदियां गालां कढ़दे। असी वीर जी बूहे दे विच खलो नहीं गए सकते, साडा जीना हराम किया होया इन्हां ने। इवन साढ़े बच्चे खेडते हैं ना, तो सानू अगों कहिंदे वी तुसीं अपने बच्चे पासे कर लो, असी तो यदि लंघना ही लंघना वा। तुम नक्शे देख सकते जी, कलोनी पूरी तरह कानूनी तौर पर बंद है, पर साड़ी सुनवाई कितों नहीं होंगी।
ਅਸੀਂ ਜਨਾਨੀਆਂ ਜਿਹੜੀਆਂ ਅਸੀਂ ਬੂਹੇ ਦੇ ਵਿੱਚ ਖਲੋ ਨਹੀਂ ਗਏ ਸਾਗੀਆਂ ਸਾਦਾ ਇਹਨਾਂ ਨੇ ਜੀਣਾ ਹਰਾਮ ਕੀਤਾ ਹੋਇਆ। ਅੱਗੋਂ ਸਾਨੂੰ ਕਹਿੰਦੇ ਨੇ ਵੀ ਤੁਸੀਂ ਡਾਗਰੀਆਂ ਨਾਲ ਪੰਗਾ ਲਿਆ, ਤੁਹਾਨੂੰ ਅਸੀਂ ਦੱਸਾਂਗੇ। ਸਾਡੇ ਛੋਟੇ ਛੋਟੇ ਬੱਚੇ ਉਹਨਾਂ ਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਨੇ, ਫਿਰ ਦੱਸੋ ਅਸੀਂ ਕੀ ਕਰੀਏ, ਸਾਡੀ ਕੋਈ ਸੁਣਵਾਈ ਨਹੀਂ ਹੁੰਦੀ। ਪ੍ਰਸ਼ਾਸਨ ਤੋਂ ਮੰਗ ਕਰੀ ਦੀ ਆ, ਪਰ ਦਬਾਅ ਦੇ ਨਾਲ ਜਿਹੜਾ ਉਹ ਰਾਜੀਨਾਮਾ ਕਰ ਜਾਂਦੇ ਨੇ। ਸਾਡੇ ਘਰਾਂ ਦੇ ਵਿੱਚ ਇੱਕ ਇੱਕ ਦੋ ਦੋ ਮੈਂਬਰ ਨੇ ਬਸ, ਉਹ ਸਾਰੇ ਜਾਣੇ ਇਕੱਠੇ ਹੋ ਕੇ ਆ ਜਾਂਦੇ ਨੇ। 10-12 ਡੇਰੀਆਂ ਹੈਗੀਆਂ ਨੇ, ਰਾਹ ਕੋਈ ਨਹੀਂ ਬਣਦਾ, ਸਾਡੇ ਨਾਲ ਤੁਰਦਾ ਕੋਈ ਨਹੀਂ ਆ। ਪ੍ਰਸ਼ਾਸਨ ਤੋਂ ਸਾਡੀ ਇਹੀ ਮੰਗ ਹੈ ਵੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ, ਨਹੀਂ ਤਾਂ ਸਾਡੇ ਜੀਆਂ ਦੇ ਵਿੱਚੋਂ ਕਿਸੇ ਨਾ ਕਿਸੇ ਦਾ ਨੁਕਸਾਨ ਹੋ ਜਾਣਾ। ਸਾਡੇ ਘਰਾਂ ਦੇ ਵਿੱਚ ਬੰਦੇ ਕਮਾਉਣ ਵਾਲੇ ਨੇ, ਬੰਦਿਆਂ ਨੂੰ ਬੱਚਿਆਂ ਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਨੇ ਵੀ ਸ਼ਾਇਦ ਇਹ ਡਰ ਜਾਣਗੇ, ਅਸੀਂ ਜਨਾਨੀਆਂ ਨੂੰ ਧਮਕੀਆਂ ਦੇ ਕੇ ਜਾਵਾਂਗੇ। ਵੀਰ ਜੀ, ਖੂਨ ਦੀ ਅਕਲ ਨਹੀਂ ਹੈਗੀ, ਜੇ ਅਸੀਂ ਕੁਛ ਬੋਲਦੇ ਹਾਂ ਨਾ ਤਾਂ ਤੂੰ ਤੋਂ ਸਵਾ ਨਹੀਂ ਕੇ ਬੋਲਦੇ, ਤੂੰ ਕੌਣ ਹੁੰਦੀ ਬੋਲਣ ਵਾਲੀ, ਤੂੰ ਕੌਣ ਹੁੰਦੀ ਬੋਲਣ ਵਾਲੀ, ਕੋਈ ਸੁਣਵਾਈ ਨਹੀਂ ਗੀ ਹੈਗੀ ਸਾਡੀ। ਜੰਗਲਾਤ ਵਿਭਾਗ ਵਾਲੇ ਆਏ ਸੀ, ਉਹਨਾਂ ਨੇ ਬੁਰਜੀਆਂ ਲਾਈਆਂ ਹੋਈਆਂ ਸੀ, ਇਹ ਧੱਕੇ ਦੇ ਨਾਲ ਆਏ ਨੇ ਅਤੇ ਜੰਗਲਾ ਜਿਹੜਾ ਉਹ ਸੀਮਟ ਦੇ ਨਾਲ ਲੱਗਾ ਹੋਇਆ ਸੀ, ਸਾਰਾ ਪੁੱਟ ਕੇ ਲੈ ਗਏ ਨੇ। ਕਹਿੰਦੇ ਹੁਣ ਤੁਸੀਂ ਗੱਡ ਕੇ ਵਿਖਾਓ ਕਿਸ ਤਰ੍ਹਾਂ ਗੱਡਦੇ ਜੇ, ਅਸੀਂ ਇਹ ਜਾਬ ਵੀ ਨਿਬੇੜ ਦੇਣਾ, ਜੰਗਲਾ ਵੀ ਨਾਲ ਪੁੱਟ ਕੇ ਲੈ ਗਏ ਨੇ। ਮੰਗ ਤਾਂ ਇਹੀ ਹੈ ਪ੍ਰਸ਼ਾਸਨ ਤੋਂ ਵੀ ਸਾਡੀ ਸੁਣਵਾਈ ਹੋਣੀ ਚਾਹੀਦੀ ਹੈ। ਮੇਰਾ ਨਾਮ ਬਾਜ ਸਿੰਘ ਆ, ਮੈਂ ਵੀਰ ਇਨਕਲੇਵ ਬੁਲਾਵਾ ਸਿੰਘ ਕਲੋਨੀ ਤਰਨ ਤਾਰਨ ਰੋਡ ਦਾ ਰਹਿਣ ਵਾਲਾ ਵਾਂ। ਇਹ ਜਿਹੜੀ ਮੇਰੀ ਵਾਈਫ ਹੈਗੀ ਆ, ਸਾਡਾ ਨਾ ਕਾਫੀ ਚਿਰ ਤੋਂ ਨਾ ਰਸਤੇ ਨੂੰ ਲੈ ਕੇ ਨਾ ਅਗਲੇ ਪਾਸੇ ਡੇਰੀਆਂ ਵਾਲੇ ਉਹਨਾਂ ਨਾਲ ਝਗੜਾ ਚੱਲ ਰਿਹਾ ਸੀ। ਰਸਤਾ ਨਾ ਹੋਣ ਦੇ ਬਾਵਜੂਦ ਵੀ ਉੱਧਰੋਂ ਲੰਘ ਕੇ ਜਾਂਦੇ ਔਰ ਸਾਨੂੰ ਤੰਗ ਪਰੇਸ਼ਾਨ ਕਰਦੇ, ਟਰੈਕਟਰ ਵਗੈਰਾ ਦੇ ਆਵਾਜ਼ ਉੱਚੀ ਲਾ ਕੇ ਲੰਘਦੇ ਸੀ ਔਰ ਸਾਡੀ ਘਰਦਿਆਂ ਦੇ ਬੱਚੀਆਂ ਦੇ ਬੁਰੀਆਂ ਹਰਕਤਾਂ ਕਰਦੇ ਸੀ। ਅੱਜ ਤੋਂ 13 ਤਰੀਕ ਨੂੰ ਫਿਰ ਸਾਡੇ ਗੁਆਂਢੀਆਂ ਦਾ ਸਾਡਾ ਇਹਨਾਂ ਨਾਲ ਝਗੜਾ ਹੋਇਆ, ਅਸੀਂ ਉਹਦੇ ਸੰਬੰਧ 'ਚ ਕੰਪਲੇਂਟ ਵੀ ਦਿੱਤੀ ਸੀ ਅਤੇ ਉਹਦੇ ਕਾਰਨ ਕੱਲ੍ਹ ਇਹਨਾਂ ਦਾ ਰਾਜੀਨਾਮਾ ਵੀ ਹੋ ਗਿਆ ਔਰ ਫੈਸਲਾ ਵੀ ਕੀਤਾ ਕਿ ਅੱਗੇ ਤੋਂ ਅਸੀਂ ਕੋਈ ਵੀ ਇਹੋ ਜਿਹੀ ਹਰਕਤ ਨਹੀਂ ਕਰਾਂਗੇ। ਠੀਕ ਆ, ਅਤੇ ਅੱਜ ਸਵੇਰੇ ਫਿਰ ਉਹ ਮੁੰਡਾ ਐਂ ਦੀ ਲੰਘਿਆ ਮੀਤਾ, ਅਤੇ ਉਹ ਹੱਸਦਾ ਜਾਂਦਾ ਵੀ ਸਾਡਾ ਕੀ ਕਰ ਲਿਆ। ਉਹਦੇ ਡਿਪਰੈਸ਼ਨ 'ਚ ਆ ਕੇ ਮੇਰੇ ਘਰ ਵਾਲੀ ਨੇ ਕੋਈ ਜ਼ਹਿਰੀਲੀ ਦਵਾਈ ਖਾ ਲਈ ਹੈ। ਰਸਤਾ ਹੈ ਨਹੀਂ ਆ, ਉਹ ਅਗਲੇ ਪਾਸੇ ਸਾਡੀ ਕਲੋਨੀ ਆ, ਉਸ ਤੋਂ ਅਗਲੇ ਪਾਸੇ ਰਸਤਾ ਜਿਹੜਾ ਨਾ ਉਸ ਤੋਂ ਅਗਲੇ ਪਾਸੇ ਉਹਨਾਂ ਦੇ ਨਹਿਰ ਮਹਿਕਮੇ ਦੀ ਜਗ੍ਹਾ ਵਾ। ਨਹਿਰ ਮਹਿਕਮੇ ਨੂੰ ਮੈਂ ਅਸੀਂ ਕੰਪਲੇਂਟ ਕੀਤੀ ਸੀ, ਉਹਨਾਂ ਆ ਕੇ ਆਪਣੇ ਗਾਰਡਰ ਵਗੈਰਾ ਲਗਾਏ ਸੀ, ਉਹ ਆ ਕੇ ਇਹਨਾਂ ਨੇ ਗੁੰਡਾ ਟਾਈਪ ਦੇ 9-10 ਬੰਦਿਆਂ ਨੇ ਆ ਕੇ ਉਹਨਾਂ ਦੇ ਜਿਹੜੇ ਲਾਏ ਸੀ ਬੁਰਜੀਆਂ ਲਾਈਆਂ ਉਹ ਵੀ ਪੁੱਟਤੀਆਂ। ਜਿਹੜਾ ਨਹਿਰ ਵਾਲੀ ਨਹਿਰ ਮਹਿਕਮਾ ਨੇ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੱਕ। ਪੁਲਿਸ ਦੀ ਜਿਹੜੀ ਦਰਖਾਸਤ ਸੀ ਉਹ ਸਾਡੇ ਨਾਲ ਦੇ ਗੁਆਂਢੀ ਉਹਨਾਂ ਨੇ ਝਗੜਾ ਹੈ ਉਹਦੇ ਸੰਬੰਧ 'ਚ ਦਿੱਤੀ ਸੀ, ਉਹਦੇ ਨਾਲ ਫੈਸਲਾ ਹੋ ਗਿਆ ਸੀ, ਪਰ ਅਸੀਂ ਆਪਣੀ ਇਜ਼ਤ ਬਚਾਉਣ ਦੀ ਖਾਤਰ ਜਿਹੜੀ ਆਪਣੀ ਬੇਟੀ ਉਹਦੇ ਬਾਰੇ ਨਹੀਂ ਦੱਸਿਆ ਵੀ ਇੱਦਾਂ ਗਲਤ ਹਰਕਤਾਂ ਕਰਦਾ ਵਾ। ਉਹਦੇ ਡਿਪਰੈਸ਼ਨ 'ਚ ਆ ਕੇ ਮੇਰੇ ਘਰ ਵਾਲੀ ਨੇ ਕਦਮ ਚੁੱਕਿਆ ਵਾ, ਔਰ ਮੇਰੇ ਬੇਟੇ ਨੂੰ 2 ਦਿਨ ਪਹਿਲਾਂ ਘਰ ਆ ਕੇ ਰਾਤ ਨੂੰ ਜਿਹੜਾ ਮੀਤਾ ਉਹਦੀ ਵਾਈਫ ਨਾਲ ਸੀ ਉਹਨਾਂ ਘਰ ਆ ਕੇ ਮੈਨੂੰ ਧਮਕੀ ਦੇ ਕੇ ਗਿਆ ਤੇਰੇ ਬੱਚੇ ਮਾਰ ਦੇਣੇ ਆ। ਉਹ ਇਕੱਲਾ ਆਇਆ ਸੀ ਮੀਤਾ, ਨਹੀਂ ਉਸ ਤੋਂ ਨਹੀਂ ਪਹਿਲਾਂ ਨਹੀਂ ਬੁਲਾਏ, ਪਹਿਲਾਂ ਜਦੋਂ ਨਾਲ ਦੇ ਗੁਆਂਢੀਆਂ ਨੇ ਝਗੜਾ ਆਇਆ ਸੀ ਉਦੋਂ 9-10 ਬੰਦੇ ਬੁਲਾਏ ਸੀ। ਪੁਲਿਸ ਤੋਂ ਇਹ ਮੰਗ ਮੰਨਦੇ ਹਾਂ ਵੀ ਜੋ ਬਣਦੀ ਕਾਰਵਾਈ ਇੱਥੇ ਕੀਤੀ ਜਾਵੇ, ਔਰ ਜਿਹੜਾ ਸਾਡਾ ਰਸਤਾ ਵਾ ਕਲੋਨੀ ਬੰਦ ਆ, ਜਿਹੜਾ ਸਾਡੇ ਨਾਲ ਰਸਤੇ ਦੇ ਵਿੱਚ ਉਹ ਧੱਕੇ ਨਾਲ ਲੰਘ ਕੇ ਜਾਂਦੇ ਆ, ਜੇ ਕਾਨੂੰਨੀ ਤੌਰ 'ਤੇ ਰਸਤਾ ਇਹਨਾਂ ਦਾ ਹੈਗਾ ਤਾਂ ਉਹ ਇਹਨਾਂ ਨੂੰ ਦੇ ਦੇ, ਜੇ ਨਹੀਂ ਹੈਗਾ ਤਾਂ ਸਾਡੇ ਰਸਤਾ ਬੰਦ ਕਰਕੇ ਸਾਡੇ ਜਾਣ ਨੂੰ ਵੀ ਇਹਨਾਂ ਤੋਂ ਖਤਰਾ ਵਾ, ਇਹਨਾਂ ਨੂੰ ਬਚਾਇਆ ਜਾਵੇ ਸਾਨੂੰ। ਮਹੱਲੇ 'ਚ ਸਾਰੇ ਮਹੱਲੇ 'ਚ ਜਾ ਕੇ ਤੁਸੀਂ ਇਨਕੁਆਇਰੀ ਕਰਕੇ ਪੁੱਛ ਸਕਦੇ, ਪੂਰਾ ਮਹੱਲਾ ਹੀ ਇਹਨਾਂ ਤੋਂ ਪਰੇਸ਼ਾਨ ਆ, ਪਤਾ ਨਹੀਂ ਇਹਨਾਂ ਗਿਣਤੀ ਨਹੀਂ ਦੱਸ ਸਕਦੇ ਕਿੰਨੇ ਇਹਨਾਂ ਦੇ ਮਹੱਲੇ ਦੇ ਵਿੱਚ ਲੰਘਣ ਤੋਂ ਝਗੜੇ ਹੋ ਚੁੱਕੇ ਆ। ਮੇਰਾ ਨਾਮ ਅਮਰਵੀਰ ਸਿੰਘ ਆ, ਅਸੀਂ ਵਧਾਵਾ ਸਿੰਘ ਕਲੋਨੀ ਦੇ ਵੀਰ ਇਨਕਲੇਵ ਦੇ ਰਹਿਣ ਵਾਲੇ ਹਾਂ, ਅਤੇ ਜਿਹੜੇ ਸਾਡੇ ਲਾਂਘਾ ਵਾ ਸਾਡਾ ਮਗਰਲੇ ਬੰਨੇ ਡੇਰੀਆਂ ਵਾਲੇ ਆ, ਉਗਰਵਾਲੀ ਪਿੰਡ 'ਚ ਉਹਨਾਂ ਦੀ ਜਗ੍ਹਾ ਪੈਂਦੀ ਆ, ਸਾਡੇ ਵੱਲ ਉਹਨਾਂ ਦਾ ਕੋਈ ਰਾਹ ਨਹੀਂ ਗਾ, ਉਹ ਸਾਨੂੰ ਵਾਰ ਵਾਰ ਤੰਗ ਕਰਦੇ ਆ, ਝਗੜਾ ਕਰਦੇ ਆ ਆ ਕੇ, ਅਤੇ ਕਈ ਉਹਨਾਂ ਦੇ ਹੱਲੇ ਹੋ ਗਏ ਆ ਸਾਡੇ ਦੇ, 3 ਸਾਲ ਹੋ ਗਏ ਆ, ਅਤੇ ਵਾਰ ਵਾਰ ਸਾਨੂੰ ਤੰਗ ਕਰਦੇ। 4 ਸਾਲ ਪਹਿਲਾਂ ਫੈਸਲਾ ਵੀ ਹੋਇਆ ਪਰ ਉਹ ਹਟਦੇ ਨਹੀਂ ਗਏ, ਪਹਿਲਾਂ ਉਹਨਾਂ ਨਾਲ ਫੈਸਲਾ ਆਇਆ ਸੀ ਕਿ ਵੱਡੇ ਸੰਦ ਨਹੀਂ ਨਿਕਲਣਗੇ, ਪਰ ਉਹ ਵੱਡੇ ਸੰਦਾਂ ਦੇ ਉੱਤੇ ਵੀ ਉਹ ਇੱਕ ਤਾਂ ਕਦੀ ਤਾਰਾਂ ਨਾਲ ਖਿੱਚ ਕੇ ਕਿਸੇ ਦਾ ਬਨੇਰਾ ਢਾਹ ਦਿੰਦੇ ਆ, ਕਦੀ ਕਿਸੇ ਦਾ ਬੱਚਾ ਅੱਗੇ ਆ ਜਾਂਦਾ, ਕਦੀ ਉਹ ਗਾਣੇ ਲਾ ਲਾ ਕੇ ਨਿਕਲਦੇ ਆ। ਇਹਨਾਂ ਨੇ ਬਹੁਤ ਜ਼ਿਆਦਾ ਤੰਗ ਕੀਤਾ, ਥੋੜ੍ਹੇ ਦਿਨ ਪਹਿਲਾਂ ਸਾਡੇ 'ਤੇ ਉਹਨਾਂ ਨੇ ਘਰ ਦੇ ਉੱਤੇ ਹਮਲਾ ਕਰਕੇ ਪੈ ਗਏ, ਇੱਕ ਬਜ਼ੁਰਗ ਦੀ ਇਹਨਾਂ ਨੇ ਮੇਰੇ ਪਾਪਾ ਦੀ ਪੱਗ ਲਾ ਤੀ, ਅਤੇ ਉਹ ਤੋਂ ਬਾਅਦ ਉਹਨਾਂ ਨੂੰ ਵਾਹਵਾ ਸੱਟਾਂ ਸੁੱਟਾਂ ਵੀ ਲੱਗੀਆਂ ਸੀ, ਡਾਕ ਵਗੈਰਾ ਕਟਾਇਆ, ਹੋਸਪਿਟਲ ਵੀ ਗਏ, ਪਰ ਉਹ ਸਾਡੀ ਚੱਜ ਨਾਲ ਸੁਣਵਾਈ ਨਹੀਂ ਹੋਈ, ਉਹ ਦਬਾਅ ਪਾ ਕੇ ਅਤੇ ਸਾਡੇ ਨਾਲ ਫੈਸਲਾ ਕਰ ਲੈਂਦੇ ਆ, ਫਿਰ ਉਹ ਹਰਕਤਾਂ ਕਰਨੋਂ ਨਹੀਂ ਹਟਦੀ। ਅਤੇ ਅੱਜ ਸਵੇਰੇ ਜਿਹੜੀ ਭੈਣ ਨੇ ਦਵਾਈ ਖਾਧੀ ਆ ਉਹਨਾਂ ਨੂੰ ਵੀ ਸਵੇਰੇ ਫਿਰ ਲਲਕਾਰ ਕੇ ਇੱਕ ਤਰ੍ਹਾਂ ਨਾਲ ਕਰਕੇ ਗਏ ਵੀ ਤੁਸੀਂ ਸਾਡਾ ਕੀ ਕਰ ਲਿਆ, ਅਤੇ ਉਹਨੇ ਉਹ ਵਿਚਾਰੀ ਨੇ ਪਤਾ ਨਹੀਂ ਕੀ ਖਾ ਲਿਆ, ਹੁਣ ਉਹ ਅਜੇ ਸੀਰੀਅਸ ਆ, ਅਜੇ ਸਾਨੂੰ ਪਤਾ ਨਹੀਂ ਕੀ ਬਣੂਗਾ, ਅਤੇ ਪਰ ਸਾਡੀ ਰੋਜ਼ ਦਾ ਹੀ ਮਰਨੇ ਆ, ਸਾਡਾ ਕੋਈ ਜੀਣ ਨਹੀਂ ਹੈਗਾ ਇੱਥੇ।
ਉਹ ਰਸਤਾ ਉਹਨਾਂ ਦਾ ਕੋਈ ਨਹੀਂ ਉੱਥੇ ਬਣਦਾ। ਉਹ ਜਿਹੜਾ ਰਸਤਾ ਵਾ ਉਹ ਜੰਗਲਾਤ ਵਾਲੇ ਪਾਸੇ ਉਹਨਾਂ ਨੇ ਮਿੱਟੀ ਪਾ ਕੇ 4 ਸਾਲ ਪਹਿਲਾਂ ਉਹਨਾਂ ਨੇ ਰਾਹ ਇਹਨੂੰ ਕੱਢ ਲਿਆ ਵਾ। ਹੁਣ ਵੀ ਉਹ ਜੰਗਲਾਤ ਵਾਲੇ ਜਿਹੜੇ ਆ ਉਹ ਬੁਰਜੀਆਂ ਗੱਡਣ ਆਏ ਸੀ, ਇਹਨਾਂ ਨੇ ਉਹ ਬੁਰਜੀਆਂ ਪੁੱਟਤੀਆਂ, ਸਾਡੇ ਕੋਲ ਸਾਰੇ ਸਬੂਤ ਹੈਗੇ ਆ। ਅਤੇ ਜੇ ਪਰ ਪ੍ਰਸ਼ਾਸਨ ਉਹ ਮਾੜੇ ਬੰਦੇ ਦੀ ਕੋਈ ਸੁਣਵਾਈ ਨਹੀਂ ਗੀ, ਅਤੇ ਜਿਹੜੇ ਪਾਸੇ ਜ਼ਿਆਦਾ ਧੇਰਿਆ ਪ੍ਰਸ਼ਾਸਨ ਉਸੇ ਪਾਸੇ ਲਿਫ ਜਾਂਦਾ। ਨਹੀਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਵੀ ਸਾਡਾ ਉਹ ਜਿਹੜਾ ਰਸਤਾ ਵਾ ਬੰਦ ਹੋਵੇ, ਨਹੀਂ ਤਾਂ ਸਾਡੇ ਕੋਈ ਨਾ ਕੋਈ ਜੀ ਸਾਡਾ ਜਿਹੜਾ ਵਾ ਇਹਨਾਂ ਨੇ ਮਾਰ ਦੇਣਾ ਵਾ, ਸਾਡੇ ਜਿਹੜਾ ਵਾ ਮੌਤ ਹੋਊਗੀ ਕਿਸੇ ਦੀ, ਤਾਂ ਫਿਰ ਹੀ ਭਾਵੇਂ ਸੁਣਵਾਈ ਹੋਵੇ ਉੱਦਾਂ ਦੇ ਮੈਨੂੰ ਲੱਗਦਾ ਸਾਡੀ, ਹੋ ਸਕਦਾ ਮੌਤ ਤੋਂ ਬਾਅਦ ਬਣਾਵੇ ਜਿੱਦਾਂ ਇਹਨਾਂ ਨੇ ਵੱਧ ਤੋਂ ਵੱਧ ਕਰਦੇ। ਲੇਡੀਜ਼ ਦਾ ਨਾਂ ਕੀ ਭਲਾ? ਅਮਨਦੀਪ ਕੌਰ ਨੇ ਸੁੱਖਾ ਮੀਤਾ ਇੱਕ ਉਹਦਾ ਸਾਰਾ ਇੱਕ ਉਹਦਾ ਬਾਬਾ ਉਹਨੂੰ ਤੰਗ ਕਰਦੇ, ਉਹਦੀ ਦੁੱਖ ਪਰੇਸ਼ਾਨੀ ਵਿੱਚ ਉਹਨਾਂ ਵਿਚਾਰ ਕਰਦਾ ਸੀ। ਉਹ ਕਹਿੰਦੇ ਮੇਰੀ ਲੜਕੀ ਨੂੰ ਤੰਗ ਪਰੇਸ਼ਾਨ ਕਰਦੇ ਸੀ, ਮੇਰੇ ਬੇਟੇ ਨੂੰ ਕਹਿੰਦਾ ਮਾਰ ਦੇਣਾ ਆਹ ਕਰਨਾ ਜੇ ਕਹਿੰਦਾ ਇਸ ਕਰਕੇ ਆ ਗਈ। ਕੋਈ ਸੜਕ ਦਾ ਮਸਲਾ ਵੀ ਹੈਗਾ, ਜਾਨ ਬੁੱਝ ਕੇ ਉਧਰੋਂ ਲੰਘ ਰਹੇ, ਗੁੰਡਾ ਗਰਦੀ ਕਰਦੇ ਇਸ ਕਰਕੇ ਜੋ ਬਾਂਦੀ ਅਮਲ ਚ ਆਏਗੀ। ਅੰਮ੍ਰਿਤਸਰ ਕੇ ਥਾਣਾ ਮਜੀਠਾ ਕੇ ਅਧੀਨ ਆਤੇ ਕਸ਼ਮੀਰ ਅਵੈਨਿਊ ਇਲਾਕੇ ਮੇ ਗਤ ਦਿਵਸ ਏਕ ਘਰ ਮੇ 4 ਵਜੇ ਕੇ ਕਰੀਬ ਆਏ ਬਾਈਕ ਸਵਾਰ ਲੁਟੇਰੋਂ ਦੁਆਰਾ ਲੂਟ ਕੇ ਇਰਾਦੇ ਸੇ ਘਰ ਮੇ ਦਾਖਿਲ ਹੋਕਰ ਅਮਨਪ੍ਰੀਤ ਨਾਮਕ ਕਿਰਾਏਦਾਰ ਪਰ ਜਾਨਲੇਵਾ ਹਮਲਾ ਕਰ ਉਸੇ ਬੁਰੀ ਤਰ੍ਹਾਂ ਸੇ ਘਾਇਲ ਕਰ ਦਿਆ ਗਿਆ। ਇਸ ਸੰਬੰਧ ਮੇ ਜਾਣਕਾਰੀ ਦੇਤੇ ਹੋਏ ACP ਨੌਰਥ ਵਰਿੰਦਰ ਖੋਸਾ ਨੇ ਬਤਾਇਆ ਕਿ ਪ੍ਰਾਥਮਿਕ ਜਾਂਚ ਮੇ ਇਹ ਬਾਤ ਸਾਹਮਣੇ ਆਈ ਕਿ 3 ਕੇ ਕਰੀਬ ਲੁਟੇਰੋਂ ਦੁਆਰਾ ਇਸ ਘਟਨਾ ਕੋ ਅੰਜਾਮ ਦਿਆ ਗਿਆ ਹੈ। इस दौरान लुटेरों ने अमनप्रीत नामक नौजवान पर तेजधार हथियारों से गर्दन पर वार कर लूट की वारदात को अंजाम दिया है, जिसके चलते घायल अमनप्रीत को एक निजी अस्पताल में भर्ती करवाया गया है। फिलहाल पुलिस इलाके में लगे CCTV कैमरों को खंगाल रही है, जल्द ही आरोपियों को गिरफ्तार कर लिया जाएगा। अमृतसर से हलचल के लिए सुनील खोसला की रिपोर्ट। सर सरबजीत सिंह नाम है मेरा, ਅਤੇ ਅਮਰਪ੍ਰੀਤ ਸਿੰਘ ਹਰੀ ਉੱਥੇ ਉੱਥੇ ਰਹਿੰਦੇ ਨੇ ਉੱਥੇ 51 ਨੰਬਰ ਕੋਠੇ ਵਿੱਚ। ਉਹਨਾਂ ਦੀ ਤਬੀਅਤ ਖਰਾਬ ਸੀ, ਦੁਪਹਿਰੀ 4 ਵਜੇ ਦੇ ਨਾਲ ਦਵਾਈ ਦਵਾਈ ਖਾ ਕੇ ਸੁੱਤੇ ਹੋਏ ਸੀਗੇ, ਅਤੇ 3 ਅਗਿਆਤ ਵਿਅਕਤੀ ਆਏ ਨੇ ਅਤੇ ਉਹਨਾਂ ਉੱਤੇ ਹਮਲਾ ਕਰਕੇ, ਅਤੇ ਉਹਨਾਂ ਕੋਲੋਂ ਜਵੈਲਰੀ ਲੈ ਗਏ ਨੇ ਅਤੇ ਉਹਨਾਂ ਦਾ ਕੈਸ਼ ਕੁਸ਼ ਲੈ ਗਏ ਨੇ ਖੋ ਕੇ ਸਾਰਾ। ਸਰ ਕਿੱਥੋਂ ਇਹ ਬੰਦੇ ਕਿੱਥੋਂ ਆਏ, ਪਿੱਛਾ ਕਿੱਥੋਂ ਕਰਦੇ? ਕੁਛ ਨਹੀਂ ਸਰ, ਇਹ ਘਰ ਹੀ ਗਏ ਸੀਗੇ, ਘਰ ਕੋਈ ਵੀ ਨਹੀਂ ਸੀਗਾ, ਇਕੱਲੇ ਸੀਗੇ ਆਏ ਨੇ, ਸਿੱਧਾ ਗੇਟ ਖੋਲ੍ਹਿਆ ਅਤੇ ਉੱਤੇ ਚੜ੍ਹ ਗਏ ਨੇ। 3 ਬੰਦੇ ਸੀਗੇ। ਮੈਨੂੰ ਪਤਾ ਨਹੀਂ ਸਰ, ਉੱਤੋਂ ਸਰਿੰਜ ਮਿਲੀ ਇੱਕ, ਸ਼ਾਇਦ ਉਹ ਸਰਿੰਜ ਲਾ ਕੇ ਪਹਿਲੇ ਬੇਹੋਸ਼ ਕਰਨਾ ਚਾਹੁੰਦੇ ਸੀਗੇ ਅਤੇ ਨਹੀਂ ਹੋ ਪਾਏ, ਅਤੇ ਫਿਰ ਉਹਨਾਂ ਨੇ ਚਾਕੂ ਨਾਲ ਇੱਥੇ ਗਲੇ ਦੇ ਉੱਤੇ ਵਾਰ ਕੀਤਾ। ਉਸ ਪੇਸ਼ੈਂਟ 'ਤੇ ਕੀ ਹਾਲ ਹੈ ਸਰ? ਹਜੇ ਤਾਂ ICU 'ਚ ਨੇ, ਆਪਰੇਸ਼ਨ ਹੋ ਗਿਆ, ਸਵੇਰੇ ਪਤਾ ਚੱਲੇਗਾ। ਸਰ ਕੀ ਮੰਗ ਕਰਦੇ? ਸਰ ਮੰਗ ਇਹੋ ਹੀ ਹੈ ਕਿ ਨਿਆਂ ਮਿਲੇ ਅਤੇ ਉਹਨਾਂ ਤਿੰਨਾਂ ਨੂੰ ਫੜ ਕੇ ਜਿੰਨੀ ਸਖ਼ਤ ਤੋਂ ਸਖ਼ਤ ਸਜ਼ਾ ਹੋ ਸਕਦੀ ਹੈ ਉਹ ਦਿੱਤੀ ਜਾਵੇ। ਸਰ ਉਹ ਬੰਦੇ ਕਿਸ 'ਤੇ ਆਏ? ਮੇਰੇ ਖਿਆਲ ਨਾਲ ਉਹਨਾਂ ਨੇ ਜਿਹੜੀ CCTV ਕੱਢੀ ਹੈ ਪੁਲਿਸ ਸਰ ਹਰਾਂ ਨੇ, ਅਤੇ ਇੱਕ ਤਾਂ ਕਹਿ ਰਹੇ ਨੇ ਕਿ ਬਾਈਕ 'ਤੇ ਸੀਗੇ, ਪਹਿਲੇ ਪੈਦਲ ਦਿਖਾਈ ਦਿੱਤੇ ਆ, ਭੱਜਦੇ ਹੋਏ ਸਾਈਕਲ 'ਤੇ ਬਾਈਕ 'ਤੇ ਦਿਖਾਈ ਦਿੱਤੇ ਨੇ, ਇੱਧਰਲੀ ਸਾਈਡ 'ਤੇ ਜਾਂਦੇ ਹੋ ਅਤੇ ਇੱਧਰਲੀ ਸਾਈਡ 'ਤੇ ਜਾਂਦੇ ਹੋ। ਅਤੇ ਸਰ ਜਿਵੇਂ ਉਹਨਾਂ ਨੇ ਇਸੇ ਟਾਰਗੇਟ ਕੀਤਾ ਗਾ, ਕੀ ਸਮਝਦੇ ਵੀ ਉਹ ਪਹਿਲਾਂ? ਸਰ ਨਹੀਂ, ਮੇਰੇ ਖਿਆਲ ਨਾਲ ਇੱਦਾਂ ਵੀ ਹੋ ਸਕਦਾ ਕਿ ਉਹਨਾਂ ਨੂੰ ਪਤਾ ਹੋਏ ਕਿ ਇੱਥੇ ਕੋਈ ਨਵੇਂ ਆਏ ਨੇ, ਥੱਲੇ ਕੋਈ ਰਹਿੰਦੇ ਨਹੀਂ, ਇਸ ਟਾਈਮ 'ਤੇ ਕੋਈ ਇਕੱਲਾ ਹੁੰਦਾ ਵਾ, ਕੁਛ ਨਹੀਂ ਕਹਿ ਸਕਦੇ ਸਰ। ਔਰ ਸਿਰਫ 10 ਦਿਨ ਹੀ ਹੋਏ ਨੇ ਇੱਥੇ ਆਇਆ। ਇਹ ਅੱਜ ਹੀ ਸ਼ਾਮ ਦੇ ਕਰੀਬ 4 ਵਜੇ ਇੱਕ ਅੰਮ੍ਰਿਤਸਰ ਕਮਿਸ਼ਨ ਦੇ ਥਾਣਾ ਮਜੀਠਾ ਰੋਡ ਵਿਖੇ ਕਸ਼ਮੀਰ ਐਵਨਿਊ ਕੋਠੀ ਨੰਬਰ 51 'ਚ ਇੱਕ ਵਾਰਦਾਤ ਹੋਈ ਹੈ, ਜਿਸ ਵਿੱਚ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਘਰ ਚੋਰੀ ਕਰਨ ਦੀ ਸੂਰਤ ਵਿੱਚ ਐਂਟਰ ਕਰਦੇ ਹਨ, ਅਤੇ ਜੋ ਕਿਰਾਏਦਾਰ ਅਮਨਪ੍ਰੀਤ ਸਿੰਘ ਉਸ ਟਾਈਮ ਘਰ ਮੌਜੂਦ ਸਨ, ਸੋ ਉਹਨਾਂ 'ਤੇ ਵੀ ਉਹਨਾਂ ਨੇ ਕਿਸੇ ਤਿੱਖੀ ਚੀਜ਼ ਨਾਲ ਉਹਨਾਂ ਦੇ ਗਲੇ 'ਤੇ ਵਾਰ ਕੀਤਾ ਵਾ। ਅਤੇ ਜੋ ਅਮਨਪ੍ਰੀਤ ਸਿੰਘ ਨੇ ਉਹ ਜੇਰੇ ਇਲਾਜ KD ਹੋਸਪਿਟਲ ਹਨ, ਅਤੇ ਬਾਕੀ ਅਸੀਂ ਇੱਥੇ ਮੁੱਢਲੀ ਤਫਤੀਸ਼ ਸ਼ੁਰੂ ਕਰ ਲਈ ਆ, ਫੋਰੈਂਸਿਕ ਟੀਮ ਮੌਕੇ 'ਤੇ ਆਈ ਹੋਈ ਆ, ਬਾਕੀ ਆਸ ਪਾਸ ਟੈਕਨੀਕਲ ਮੈਥਡਸ ਦੇ ਨਾਲ ਵੀ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਹੈ, ਅਤੇ ਇਸ ਦੇ ਵਿੱਚ ਅਸੀਂ ਬਹੁਤ ਜਲਦੀ ਮਦਈ ਦੇ ਸਟੇਟਮੈਂਟ ਲੈ ਕੇ ਜੋ ਵੀ ਸਟੇਟਮੈਂਟ ਦੇਣਗੇ ਉਹ ਪਰਚਾ ਦਰਜ ਕਰਾਂਗੇ। ਉਹਨਾਂ ਦੀ ਕੰਡੀਸ਼ਨ ਸਟੇਬਲ ਦੱਸੀ ਜਾ ਰਹੀ ਹੈ ਜੀ, KD ਹੋਸਪਿਟਲ ਇਸ ਟਾਈਮ ਐਡਮਿਟ ਨੇ, ਅਤੇ ਬਾਕੀ ਇਸ ਤੋਂ ਬਾਅਦ ਜਦੋਂ KD ਹੋਸਪਿਟਲ ਜਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਕਲੀਅਰਲੀ ਦੱਸ ਸਕਦੇ ਜੀ। ਅੰਮ੍ਰਿਤਸਰ ਕੇ ਅਧੀਨ ਆਤੇ ਚੰਡਿਆਲਾ ਗੁਰੂ ਮੇ ਬੁਰਾਈ ਪਰ ਅੱਛਾਈ ਕੀ ਜੀਤ ਕਾ ਪ੍ਰਤੀਕ ਦੁਸਹਿਰਾ ਪਰਵ ਕੇ ਅਵਸਰ ਪਰ ਰਾਵਣ ਕਾ ਪੁਤਲਾ ਚਲਾ ਕਰ ਦੁਸਹਿਰਾ ਮਨਾਇਆ ਜਾ ਰਹਾ ਥਾ, ਲੇਕਿਨ ਇਸ ਦੌਰਾਨ ਜਬ ਰਾਵਣ ਕੋ ਅਗਨੀ ਭੇਟ ਕਰਨੇ ਲਗੇ ਤੋ ਰਾਵਣ ਕਾ ਪੁਤਲਾ ਪਹਿਲੇ ਹੀ ਨੀਚੇ ਗਿਰ ਗਿਆ ਔਰ ਉਸਕੇ ਬਾਅਦ ਰਾਵਣ ਕੇ ਪੁਤਲੇ ਕੋ ਆਗ ਲੱਗ ਗਈ। ਗਨੀਮਤ ਇਹ ਰਹੀ ਕਿ ਚੰਡਿਆਲਾ ਗੁਰੂ ਕੇ ਪ੍ਰਸ਼ਾਸਨਿਕ ਅਧਿਕਾਰੀਓਂ ਕੀ ਔਰ ਸੇ ਸਥਿਤੀ ਪਰ ਕਾਬੂ ਪਾਇਆ ਗਿਆ ਔਰ ਕਿਸੀ ਵੀ ਤਰ੍ਹਾਂ ਕਾ ਕੋਈ ਜਾਨੀ ਵਾ ਮਾਲੀ ਨੁਕਸਾਨ ਨਹੀਂ ਹੁਆ, ਜਿਸ ਕਾਰਨ ਬੜਾ ਹਾਦਸਾ ਹੋਣੇ ਸੇ ਟਲ ਗਿਆ। ਇਸ ਮੌਕੇ ਪਰ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਕਾਫੀ ਲੰਬੇ ਸਮੇਂ ਸੇ ਚੰਡਿਆਲਾ ਗੁਰੂ ਮੇ ਦੁਸਹਿਰੇ ਕਾ ਪਰਵ
मनाया जाता है। बाबा परमानंद जी की अगुवाई में ये पर्व मनाया जाता है। इस दौरान उन्होंने सभी पंजाब वासियों व देशवासियों को दशहरा पर्व की शुभकामनाएं भी दी। अमृतसर से हलचल के लिए सुनील खोसला की रिपोर्ट। उत्सव कमेटी द्वारा जंडियाला गुरु के दशहरा ग्राउंड बड़ी धूमधाम से श्रद्धा के नाल दशहरे का त्यौहार मनाया गया। काफ़ी साडा इतिहास है लंबे समय तो कि असी जंडियाला गुरु की इस दशहरा ग्राउंड हमेशा ही बड़ी श्रद्धा के नाल त्यौहार मनाया जाता है। सो अज भी साडे सत्कारयोग बाबा परमानंद जी की रहनुमाई हेठ असी इत्थे दशहरे का त्यौहार मनाया। और मैं अपने इलाके के वसनीकों देश विदेश के जिन्हें वसे पंजाबी ने सारे दशहरे की इस त्यौहार के मौके पर शुभकामनावां देना है, वधाइया देना है। और नाल दे नाल असी सारे ही उम्मीद करते हैं कि असी अपने विच जो भी बुराइयां ने, जो भी औगन ने, जो भी कमजोरिया ने, उन्होंने खत्म करना इस त्यौहार के उत्ते जरूर हाजिर। ग्राउंड बारे कोई सुधार बारे कोई ग्राउंड के असी लगे हुए हैं। पहला भी बेनती कि असी मतलब इतने कोई जड़े सके समरसीबल पंप वगैरह लगाने से वो लगाए आ। और भी जिस तरह की ग्राउंड के घाट है उन्होंने पूरा दशहरे के मौके के उत्ते मैं तो यही कहना चाहूँगा कि जिन्नी भी साड़िया बुराइया ने औगन ने अन्या दे बेईमानी ये सारी जिंदगी दे छड़ देनी चाहिए है। ता ही इहो जिहे दशहरे वर्गे त्यौहार मनाउण दा सानू जिहड़ा आ फायदा, क्योंकि युग पुरश जिहड़े भी आउंदे ने धरती दे उत्ते वो एक चरित्र दे नाल चलदे ने, एक आदर्श दे नाल चलदे ने। भगवान वाल्मीकि भगवान राम जी बड़े सच्चे सुचे श्रद्धा दे नाल उन्होंने जिहड़ियां अपनियां गुण लिखे ईमानदारी दे नाल अपना जे उन्होंने पुत्र का रोल सीगा वह भी वधिया निभाया, जे उन्होंने पति का रोल सीगा वह भी बढ़िया हर पक्षों वधिया सीगे। सो मैं यह सलाह दूंगा कि आप सारे रल के अपने विचों बुराइयां खत्म करिए और चंगियाई वाल जिहड़ा आ वह वधीए। जंडियाला गुरु के लाया जाता वा जदों का मेरा बर्थ होया मैं देखता हाँ बिच वार कि कारण करके किसी वेले नहीं मनाया, नहीं तो लगातार ही मनाया जाता। ये बुराई के उत्ते अच्छाई की जित है और सारे ही शहर ने बड़े हर्षोल्लास के नाल सारिया ही पार्टियां के मूहदार आगुआ ने, धार्मिक आगुआ ने, प्रेस के भाईचारे ने, व्यापारक लोग जिन्हें भी सारे अज कट्ठे हुए पिंडां तो दूर दराडे तो भी लोग आए दशहरे देखने वास्ते। ये अज शहर के मठियाइया और गन्ने और ये सारा कुछ बड़ी रौनक का बड़ा अच्छा माहौल है, बहुत वधिया माहौल बनया। और ऐसे जिहड़े धार्मिक आयोजन जिहड़े वो करते रहना चाहिए समय समय सिर सारे लोगों को। ये साडे आने वाली पीढ़ियां साडे विरसे दे बारे, साडे अमीर विरसे दे बारे पता लगता है और वो अपने इतिहास तो जाणू हुंदे। की संदेश देवांगे आपां दशहरे ते लोकां नूं, कादे वास्ते आपां मनाउंदे? दशहरे दे मौके दे उत्ते मैं इहो ही संदेश देना चाहांगा कि बुराई दे उत्ते अच्छाई दी जिहड़ी जित हमेशा हुंदी है, उहनूं टाइम लगता, समां लगता, लंबा हो सकता है, पर बुराई कदी मैं जितदे नहीं वेखी, हमेशा अच्छाई दी जित हुंदी।